ਕਿਉਂਕਿ ਦੁੱਖ ਤਾਂ ਸਾਨੂੰ ਪਹਿਲਾਂ ਨਹੀਂ ਭੁੱਲਦਾ ਜੀ, ਕਿਉਂਕਿ ਅਸੀਂ ਨਿੱਕੇ ਨਿੱਕੇ ਜਿਹੇ ਹੁੰਦੇ ਸੀ, ਸਾਡੀ ਮਾਤਾ ਨੇ ਬੜੇ ਗਰੀਬੀ ਦੇ ਸਮਾਂ ਕੱਟ ਕੇ ਸਾਨੂੰ ਪਾਲਿਆ ਅਤੇ ਉਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਇਹਨੂੰ ਘੇਰਿਆ, ਘੇਰ ਕੇ ਇਹਨੂੰ ਕੁੱਟਿਆ ਜੀ, ਇਹਦੇ ਸਿਰ 'ਚ ਸੱਟਾਂ ਮਾਰੀਆਂ ਜੀ। ਫਿਰ ਵੀਡੀਓ ਵਿੱਚ ਵੀ ਆਪਾਂ ਦੇਖਦੇ ਹਾਂ ਜਦੋਂ ਸੱਟ ਸਿਰ ਦੇ ਵਿੱਚ ਬੇਸਬਾਲ ਮਾਰਦੇ ਆ ਨਾ, ਉਸ ਤੋਂ ਬਾਅਦ ਕਹਿੰਦੇ ਕਿ ਜੇ ਹੱਥ ਮਾਰ ਕੇ ਕਹਿੰਦੇ ਆਪਾਂ ਚੱਲੀਏ, ਕਿ ਸਾਰੀ ਉਹਨਾਂ ਦੀ ਕਿਤੇ ਇਹਨਾਂ ਨੇ ਪੈਰ ਵਾਈ ਕਰਕੇ ਫੇਰ ਹੀ ਆ ਕੋਈ ਹੈ ਨਾ, ਇਕੱਠੇ ਹੋ ਕੇ ਫੇਰ ਹੀ ਉਹਨਾਂ ਨੇ ਮਾਰਿਆ। ਇਸ ਪਿੰਡ ਦੇ ਵਿੱਚ ਲੜਾਈ ਹੋਈ ਆ ਨਾ, ਉੱਥੋਂ ਦੀ ਆ ਕੁਝ ਨਾਲ ਦੇ ਪਿੰਡਾਂ ਦੇ ਆ ਜੀ, ਤਕਰੀਬਨ ਸਾਰੇ ਉਹ ਜੇ ਕਹਿ ਦਈਏ ਕਿ ਨਸ਼ੇ ਵਾਲੇ ਇਕੱਠੇ ਹੋਏ ਜੀ। ਕਰੀਬ 3 ਮਹੀਨੇ ਪਹਿਲਾਂ ਕੁਝ ਲੋਕਾਂ ਦੇ ਵੱਲੋਂ ਪੰਜਾਬ ਪੁਲਿਸ ਦੇ ਜਵਾਨ ਪਰਮਿੰਦਰ ਸਿੰਘ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਸੀ, ਜਿਸ ਤੋਂ ਬਾਅਦ ਪਰਮਿੰਦਰ ਸਿੰਘ ਕੋਮਾ ਦੇ ਵਿੱਚ ਚਲੇ ਜਾਂਦੇ ਨੇ, ਪਰ ਬੀਤੇ ਦਿਨੀ ਹੀ ਪਰਮਿੰਦਰ ਸਿੰਘ ਹੋਣਾ ਦੀ ਮੌਤ ਹੋ ਜਾਂਦੀ ਹੈ। ਪਰਿਵਾਰ ਨੂੰ ਸਭ ਤੋਂ ਵੱਡਾ ਘਾਟਾ ਪਿਆ ਹੋਇਆ, ਪਰਿਵਾਰ ਇਸ ਸਮੇਂ ਦੁੱਖ ਦੇ ਵਿੱਚ ਹੈ। ਇਸ ਸਮੇਂ ਅਸੀਂ ਉਹਨਾਂ ਦੇ ਪਿੰਡ ਕਪੂਰਥਲਾ ਦੇ ਪਿੰਡ ਤੰਦਲ ਦੇ ਵਿੱਚ ਮੌਜੂਦ ਹੈਗੇ ਹਾਂ, ਉਹਨਾਂ ਦੇ ਬ੍ਰਦਰ ਸਾਡੇ ਨਾਲ ਮੌਜੂਦ ਹੈਗੇ ਨੇ। ਬੇਹੱਦ ਦੁਖਦ ਘੜੀ ਹੈਗੀ ਹੈ, ਤਾਂ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਉਸ ਦਿਨ ਪੂਰੀ ਘਟਨਾ ਹੋਈ ਕੀ ਸੀਗੀ। ਤਾਂ ਪਰਮਜੀਤ ਜੀ, ਮੈਂ ਚਾਹੁੰਦਾ ਕਿ ਇਹ ਬੜਾ ਦੁਖਦ ਸਮਾਂ ਹੈਗਾ, ਬੜਾ ਔਖਾ ਹੁੰਦਾ ਇਹ ਚੀਜ਼ਾਂ ਨੂੰ ਬਿਆਨ ਕਰਨਾ, ਪਰ ਮੈਂ ਚਾਹੁੰਦਾ ਕਿ ਇੱਕ ਵਾਰੀ ਦੱਸੋ ਕਿ ਉਸ ਦਿਨ ਹੋਇਆ ਕੀ ਸੀਗਾ, ਕਿਸ ਤਰੀਕੇ ਦੇ ਨਾਲ ਇਹ ਸਾਰੀ ਘਟਨਾ ਵਾਪਰੀ। ਹਾਂਜੀ, ਜਿਹੜਾ ਮੇਰਾ ਭਰਾ ਪਰਮਿੰਦਰ ਸਿੰਘ ਸੀ ਸਟਾਫ ਦੇ ਸਿਪਾਹੀ ਆ ਜੀ, ਉਦੋਂ ਡਿਊਟੀ 'ਤੇ ਸੀ, ਅਤੇ ਡਿਊਟੀ 'ਤੇ ਹੀ ਉਹਨਾਂ ਨੇ ਜਿੱਦਾਂ ਕੋਈ ਗੱਡੀ ਵਾਲਿਆਂ ਵੱਲੋਂ ਉਹਨਾਂ ਨੂੰ ਘੇਰਿਆ ਗਿਆ, ਨਸ਼ੇ ਦੇ ਤਸਕਰੇ ਜਿੱਦਾਂ ਉਹ ਸਾਰੇ, ਅਤੇ ਘੇਰ ਕੇ ਜਦੋਂ ਕਹਿਤਾ ਕਿ ਓਵਰਟੇਕ ਤੋਂ ਲੜਾਈ ਹੋਈ ਆ ਜੀ। ਮੇਨ ਇਹ ਸੀ ਕਿ ਉਹਨੂੰ ਕਿਤੇ ਉਹਨਾਂ ਨੇ ਪਹਿਲਾਂ ਰੇਡ ਕਰਦੇ ਰਹੇ ਹੋਸ਼ ਪਾ ਇਹਨਾਂ ਦੇ, ਤਾਂ ਉਹਨਾਂ ਨੇ ਦੇਖਿਆ ਕਿ ਇਹੀ ਆਉਣ ਜਾਣ ਆ ਜਾਂ ਆਉਣ ਕਿੱਥੇ ਚੱਲੇ ਆ, ਉਹਨਾਂ ਨੇ ਕਿਤੇ ਉਹਨਾਂ ਦੀ ਪੈਰਵਾਈ ਕਰਦੇ ਰਹੇ, ਅਤੇ ਉਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਇਹਨੂੰ ਘੇਰਿਆ, ਘੇਰ ਕੇ ਇਹਨੂੰ ਕੁੱਟਿਆ ਜੀ, ਇਹਦੇ ਸਿਰ 'ਚ ਸੱਟਾਂ ਮਾਰੀਆਂ ਜੀ। ਅੱਛਾ ਜੀ, ਕਿਹੜੀ ਜਗ੍ਹਾ ਦੀ ਘਟਨਾ ਹੈਗੀ ਸੀਗੀ? ਇਹ ਤਲਵੰਡੀ ਮੈਂ ਕਪੂਰਥਲੇ ਲੱਗ ਗਏ। ਅੱਛਾ, ਇੱਕ ਗੱਲ ਕਹਿੰਦੇ ਨੇ ਕਿ ਓਵਰਟੇਕ ਨੂੰ ਲੈ ਕੇ ਝਗੜਾ ਹੋਇਆ ਸੀਗਾ ਕਿ ਜਾਂ ਕੋਈ ਹੋਰ ਗੱਲ ਸੀਗੀ? ਗੱਲ ਸਰ ਮੇਨ ਤਾਂ ਇਹੀ ਆ ਕਿ ਉਹਨਾਂ ਨੂੰ ਜਿੱਦਾਂ ਇਹ ਰੇਡ ਕਰਦੇ ਰਹੇ ਆ ਕਿਤੇ, ਉਹ ਤਾਂ ਕਰਕੇ ਆ, ਓਵਰਟੇਕ ਦਾ ਤਾਂ ਬਹਾਨਾ ਲਾਇਆ ਕਿਤੇ ਕਿ ਓਵਰਟੇਕ ਕਰਦੇ ਲੜਾਈ ਹੋਈ ਆ। ਓਵਰਟੇਕ ਕਰ ਤੋਂ ਆਪਾਂ ਵੀ ਗੱਡੀਆਂ ਚਲਾਉਂਦੇ, ਕਿਤੇ ਇੱਡੀ ਵੱਡੀ ਲੜਾਈ ਨਹੀਂ ਹੁੰਦੀ ਕਿ ਜੋ ਆਪਾਂ ਜਾਨ ਨੂੰ ਮਾਰ ਦਈਏ। ਫਿਰ ਵੀਡੀਓ ਵਿੱਚ ਵੀ ਆਪਾਂ ਦੇਖਦੇ ਹਾਂ ਜਦੋਂ ਸੱਟ ਸਿਰ ਦੇ ਵਿੱਚ ਬੇਸਬਾਲ ਮਾਰਦੇ ਆ ਨਾ, ਉਸ ਤੋਂ ਬਾਅਦ ਕਹਿੰਦੇ ਕਿ ਜੇ ਹੱਥ ਮਾਰ ਕੇ ਕਹਿੰਦੇ ਆਪਾਂ ਚੱਲੀਏ, ਕਿ ਸਾਰੀ ਉਹਨਾਂ ਦੀ ਕਿਤੇ ਇਹਨਾਂ ਨੇ ਪੈਰਵਾਈ ਕਰਕੇ ਫੇਰ ਹੀ ਆ ਕੋਈ ਹੈ ਨਾ, ਇਕੱਠੇ ਹੋ ਕੇ ਫੇਰ ਹੀ ਉਹਨਾਂ ਨੇ ਮਾਰਿਆ, ਨਹੀਂ ਤਾਂ ਇੱਦਾਂ ਬੰਦਾ ਕਹਿੰਦਾ ਨਹੀਂ ਕਿ ਅੱਜ ਚੱਲੀਏ ਆਪਾਂ ਕੰਮ ਹੋ ਗਿਆ। ਕਦੇ ਪਰਮਿੰਦਰ ਹੋਣਾ ਨੇ ਪਹਿਲਾਂ ਕਦੇ ਜ਼ਿਕਰ ਕੀਤਾ ਸੀਗਾ ਇਹਨਾਂ ਲੋਕਾਂ ਬਾਰੇ ਕਿਸੇ ਬਾਰੇ? ਨਹੀਂ, ਕਿਸੇ ਬਾਰੇ ਇੱਦਾਂ ਦਾ ਕੁਝ ਹੈ ਹੀ ਨਹੀਂ, ਇੰਨਾ ਲੜਾਈ ਝਗੜੇ ਕਿਸੇ ਦੇ ਵੀ ਨਾਲ ਸੰਬੰਧ ਹੈ ਨਹੀਂ ਜੀ। ਪਿੰਡ ਦੇ ਵਿੱਚ ਵੀ ਸਾਰਿਆਂ ਨਾਲ ਪਿਆਰ ਦੇ ਬੋਲਣਾ, ਬਾਹਰ ਵੀ ਕਿਤੇ ਵੀ ਹੱਸਦੇ ਰਹਿਣਾ, ਕਦੇ ਕਿਸੇ ਨਾਲ ਇੱਦਾਂ ਦਾ ਵੀ ਨਹੀਂ ਸੀ। ਡਿਊਟੀ ਟਾਈਮ ਵੀ ਸਾਰੇ ਮੁਲਾਜ਼ਮਾਂ ਨਾਲ ਸਾਰਾ ਕੁਝ ਵਧੀਆ ਸੀ। ਹਾਂਜੀ, ਉਸ ਦਿਨ ਡਿਊਟੀ ਤੋਂ ਆ ਰਹੇ ਸੀਗੇ ਕਿ ਜਾ ਰਹੇ ਸੀਗੇ? ਇਹ ਡਿਊਟੀ 'ਤੇ ਹੀ ਉਦੋਂ ਸਰ। ਅੱਛਾ, ਡਿਊਟੀ 'ਤੇ? ਹਾਂਜੀ, ਅਤੇ ਡਿਊਟੀ ਦੌਰਾਨ ਹੀ ਘਟਨਾ ਸਾਰੀ? ਡਿਊਟੀ ਦੌਰਾਨ ਹੀ। ਹਾਂਜੀ। ਅੱਛਾ ਜੀ, ਵੀਡੀਓ ਵੀ ਇੱਕ ਬਾਹਰ ਆਈ ਬੜੀ ਬੇਰਹਿਮੀ ਦੇ ਨਾਲ ਉਹਨਾਂ ਕੁੱਟਮਾਰ ਕੀਤੀ, ਕਾਫੀ ਜਾਣੇ ਹੈਗੇ ਨੇ, ਤਾਂ ਇਹ ਤੁਹਾਡੀ ਪਹਿਚਾਣ ਦੇ ਵਿੱਚ ਆਏ ਲੋਕ ਕੁਝ ਇਹ? ਹਾਂਜੀ, ਉੱਥੋਂ ਦੇ ਜਿਹੜੇ ਜਿਸ ਪਿੰਡ ਦੇ ਵਿੱਚ ਲੜਾਈ ਹੋਈ ਆ ਨਾ, ਉੱਥੋਂ ਦੇ ਆ ਕੁਝ ਨਾਲ ਦੇ ਪਿੰਡਾਂ ਦੇ ਆ ਜੀ, ਤਕਰੀਬਨ ਸਾਰੇ ਉਹ ਜੇ ਕਹਿ ਦਈਏ ਕਿ ਨਸ਼ੇ ਵਾਲੇ ਇਕੱਠੇ ਹੋਏ ਜੀ। ਅੱਛਾ, ਕੋਈ ਇੱਕ ਪਿੰਡ ਦੀ ਗੱਲ ਨਹੀਂ ਗੀ, ਕਿ ਕੋਈ ਸਾਰੇ ਪਿੰਡਾਂ ਦੇ ਇਕੱਠੇ ਹੋ ਗਏ ਨਸ਼ੇ ਵਾਲੇ ਆ ਸਾਰੇ ਉਹ। ਤੁਹਾਨੂੰ ਕੀ ਲੱਗਦਾ ਕਿ ਇਹ ਕੋਈ ਰੇਡ ਕੀਤੀ ਸੀਗੀ ਪਹਿਲਾਂ ਇਹਨਾਂ ਨੇ, ਤਾਂ ਉਹ ਬਦਲਾ ਲੈਣ ਦੇ ਲਈ ਲੋਕਾਂ ਨੇ ਇਹ ਕੁਝ ਕੀਤਾ? ਹਾਂਜੀ ਹਾਂਜੀ, ਗੱਲ ਤਾਂ ਇਹੀ ਆ ਮੇਰੀ ਕਿ ਉਹ ਨਸ਼ੇ ਵਾਲੇ ਕਿਤੇ ਉਹਨਾਂ 'ਤੇ ਰੇਡ ਕਰਦੇ, ਕਿਉਂਕਿ ਉਹ ਕੰਮ ਹੀ ਇੱਦਾਂ ਦੇ ਕਰਦੇ, ਤਾਂ ਹੈ ਵੀ ਸਾਰੇ ਨਸ਼ੇ ਵਾਲੇ ਆ ਜੀ। ਅੱਛਾ, ਪਰਮਿੰਦਰ ਨੂੰ ਕਿੰਨਾ ਸਮਾਂ ਹੋ ਗਿਆ ਸੀਗਾ ਪੰਜਾਬ ਪੁਲਿਸ ਦੇ ਵਿੱਚ, ਕੀ ਜੋਬ ਹੈਗੀ ਸੀਗੀ ਉਹਨਾਂ ਦੀ? ਹਾਂਜੀ, 4-5 ਸਾਲ ਹੈ ਜੀ। ਮੇਰੇ ਫਾਦਰ ਸਾਹਿਬ ਸਰਦਾਰ ਸੁਖਦੇਵ ਸਿੰਘ 2003 ਦੇ ਵਿੱਚ ਉਹ ਵੀ ਡਿਊਟੀ ਦੌਰਾਨ ਉਹਨਾਂ ਦੀ ਡੈਥ ਹੋ ਗਈ ਸੀ, ਅਤੇ ਉਹਨਾਂ ਦੀ ਨੌਕਰੀ ਬਾਅਦ ਵਿੱਚ ਪਲੱਸ ਟੂ ਕਰਕੇ ਇਹਨਾਂ ਨੇ ਅਤੇ ਮਿਲੀ ਸੀ ਜੀ, ਪਲੱਸ ਟੂ ਕਰਨ ਤੋਂ ਬਾਅਦ, ਅਤੇ ਪਹਿਲਾਂ ਕਿਉਂਕਿ ਦੁੱਖ ਤਾਂ ਸਾਨੂੰ ਪਹਿਲਾਂ ਨਹੀਂ ਭੁੱਲਦਾ ਜੀ, ਕਿਉਂਕਿ ਅਸੀਂ ਨਿੱਕੇ ਨਿੱਕੇ ਜਿਹੇ ਹੁੰਦੇ ਸੀ, ਸਾਡੀ ਮਾਤਾ ਨੇ ਬੜੇ ਗਰੀਬੀ ਦੇ ਸਮਾਂ ਕੱਟ ਕੇ ਸਾਨੂੰ ਪਾਲਿਆ, ਅਤੇ ਹੁਣ ਸੁੱਖਾਂ ਦਾ ਜਿੱਦਾਂ ਕਹਿ ਦਈਏ ਕਿ ਮਾੜਿਆ ਸੁੱਖ ਦੇਖਣ ਦੀ ਉਮਰ ਆਈ ਸੀ, ਤਾਂ ਫਿਰ ਆ ਜਿਹੜਾ ਭਾਣਾ ਵਾਪਰ ਗਿਆ। ਇਹ ਬੜਾ ਔਖਾ ਇਹ ਸਮਾਂ ਹੁੰਦਾ, ਤਾਂ ਇਹ ਹੁਣ ਕਿੰਨੇ ਜਿਹੜੇ ਨੇ ਮੁਲਜ਼ਮ ਨੇ ਆਈਡੈਂਟੀਫਾਈ ਕੀਤੇ ਪੁਲਿਸ ਨੇ?
ਪਤਾ ਲੱਗਾ ਕਿ ਛੁੱਟੀ ਵੀ ਮਿਲ ਗਈ ਸੀਗੀ ਉਹਨਾਂ ਨੂੰ। ਹਾਂਜੀ, ਅੱਗੇ ਨਾਲੋਂ ਬਹੁਤ ਠੀਕ ਹੋ ਗਿਆ। ਪਹਿਲਾਂ ਜਿੱਦਾਂ ਅੱਖਾਂ ਨੀ ਖੋਲਦੇ ਹੁੰਦੇ ਸੀ, ਫਿਰ ਹੌਲੀ ਹੌਲੀ ਅੱਖਾਂ ਖੋਲਣ ਲੱਗ ਪਏ, ਜਦੋਂ ਮੂੰਹ ਦੀ ਮੂਵਮੈਂਟ ਵੱਧ ਗਈ, ਜਦੋਂ ਲੱਗ ਜਾਣ ਆਵਾਜ਼ ਮਾਰਨੀ ਉਹਨੂੰ ਪਤਾ, ਜਿੱਦਾਂ ਸੁਣਨ ਚ ਪਤਾ ਲੱਗਦਾ ਕਿ ਮੇਰੇ ਲੱਗ ਗਿਆ ਜੀ। ਤੇ ਅੱਗੇ ਪਹਿਲਾਂ ਚੂੰਡੀ ਵੱਢਣ ਤੇ ਵੀ ਉਹ ਨਹੀਂ ਹਰਕਤ ਕਰਦੇ, ਫਿਰ ਸਰੀਰ ਨੂੰ ਟੱਚ ਕਰਨ ਲੱਗ ਕਰਨ ਤੇ ਵੀ ਉਹ ਹਰਕਤ ਕਰਨ ਲੱਗ ਪਏ। ਅੱਗੇ ਨੂੰ ਬਹੁਤ ਇੰਪਰੂਵਮੈਂਟ ਹੋ ਗਈ। ਡਾਕਟਰ ਸਾਹਿਬ ਕਹਿੰਦੇ ਕਿ ਤੁਸੀਂ ਹੁਣ ਘਰੇ ਲੈ ਜਾਓ, ਰਿਕਵਰੀ ਹੋ ਗਈ ਬਹੁਤ ਆ। ਜਿਹੜੀ ਰਿਕਵਰੀ ਅੱਗੇ ਹੋਣੀ ਉਹ ਘਰੇ ਹੋਣੀ ਆ, ਕਿ ਹੁਣ ਠੀਕ ਆ, ਕੋਈ ਪ੍ਰੋਬਲਮ ਨਹੀਂ ਗੀ, ਤੇ ਘਰੇ ਵੀ ਸਾਰੇ ਠੀਕ ਠਾਕ ਰਹੇ ਜੀ, ਕੋਈ ਪ੍ਰੋਬਲਮ ਨਹੀਂ। ਅੱਛਾ, ਜਿਵੇਂ CIA ਸਟਾਫ ਦੇ ਵਿੱਚ ਸੀਗੇ ਤਾਂ ਬਹੁਤ ਸਾਰੇ ਇਹਨਾਂ ਦਾ ਕੰਮ ਹੁੰਦਾ, ਜਿਵੇਂ ਨਸ਼ਾ ਤਸਕਰਾਂ ਨੂੰ ਫੜਨਾ ਹੁੰਦਾ ਇਹਨਾਂ ਨੇ, ਤਾਂ ਕਦੇ ਪਹਿਲਾਂ ਕਦੇ ਕੋਈ ਝਗੜਾ ਹੋਇਆ ਇਹਨਾਂ ਨੇ, ਕਦੇ ਕੋਈ ਜ਼ਿਕਰ ਕੀਤਾ ਸੀਗਾ? ਨਹੀਂ, ਕਦੇ ਇੱਦਾਂ ਦਾ ਕੋਈ ਨਾ ਹੋਇਆ ਜੀ ਸਾਨੂੰ, ਨਾ ਮੈਨੂੰ ਦੱਸਿਆ ਕਦੇ, ਨਾ ਇੱਦਾਂ ਕਦੇ ਹੋਇਆ ਗਿਆ ਜੀ। ਹਾਂਜੀ। ਅੱਛਾ, ਹੁਣ ਬੜਾ ਔਖਾ ਸਮਾਂ ਹੈਗਾ, ਤਾਂ ਫੈਮਿਲੀ ਦੇ ਵਿੱਚ ਕੌਣ ਕੌਣ ਹੈਗਾ ਹੁਣ? ਹਾਂਜੀ, ਮੇਰੇ ਮਾਤਾ ਜੀ। ਹਾਂਜੀ, ਜਿਨ੍ਹਾਂ ਨੂੰ ਇਹਨਾਂ ਨੇ ਰੇਡ ਕੀਤੀ ਸੀਗੀ, ਜਿਨ੍ਹਾਂ ਦੇ ਪਿੰਡ ਚ ਪੁਲਿਸ ਨੇ ਦੱਸੀ ਕੋਈ ਗੱਲ ਇੱਦਾਂ? ਨਹੀਂ, ਹਜੇ ਨੀ ਕੋਈ ਇੱਦਾਂ ਦਾ ਨਹੀਂ, ਪੁਲਿਸ ਨੂੰ, ਪ੍ਰਸ਼ਾਸਨ ਨੂੰ ਪਤਾ ਜਾਂਦਾ। ਠੀਕ ਹੈ, ਤਾਂ ਇਹ ਕਦੋਂ ਸੰਸਕਾਰ ਕੀਤਾ ਜਾ ਰਿਹਾ? ਤੇ ਉਦੋਂ ਦਾ ਰਸਰ ਕੱਲ ਦਾ ਵਾ, ਜੇ ਭੈਣ ਜੀ ਹੋਣਾ ਨੇ, ਮੇਰੇ ਸਿਸਟਰ ਹੋਣਾ ਨੇ ਬਾਹਰ ਹੋਣਾ ਆ। ਅੱਛਾ, ਜੇ ਉਹ ਕੱਲ ਨੂੰ ਟਾਈਮ ਨਾ ਆ ਗਿਆ ਤਾਂ ਫਿਰ ਕੱਲ ਨਹੀਂ ਤੇ ਪਰਸੋਂ ਰਾਤ। ਠੀਕ ਹੈ ਬਾਈ ਜੀ, ਬੜਾ ਔਖਾ ਸਮਾਂ ਪਰਿਵਾਰ ਦੇ ਲਈ, ਤਾਂ ਬਹੁਤੀ ਗੱਲ ਵੀ ਜਿਹੜੀ ਹੈ ਨਹੀਂ ਹੁੰਦੀ, ਕਿਉਂਕਿ ਇੱਕ ਜਵਾਨ ਪੋਤਾ ਜਦੋਂ ਘਰ ਤੋਂ ਚਲਾ ਜਾਂਦਾ ਤਾਂ ਉਸਦਾ ਘਾਟਾ ਜਿਹੜਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਘਰ ਦੇ ਵਿੱਚ 70 ਇਸ ਸਮੇਂ ਵਿਛੇ ਹੋਏ ਨੇ, ਤਸਵੀਰਾਂ ਘਰ ਦੇ ਬਾਹਰ ਦੀਆਂ ਹੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਜਿੱਥੇ ਪਰਮਿੰਦਰ ਸਿੰਘ ਹੱਸਦਾ ਖੇਡਦਾ ਡਿਊਟੀ 'ਤੇ ਜਾਂਦਾ ਹੁੰਦਾ ਸੀਗਾ, ਪਰ ਹੁਣ ਕਦੇ ਵੀ ਡਿਊਟੀ ਤੋਂ ਵਾਪਸ ਨਹੀਂ ਆਏਗਾ, ਕਿਉਂਕਿ ਉਸ ਦਿਨ ਵੀ ਡਿਊਟੀ 'ਤੇ ਗਿਆ ਸੀਗਾ ਤਾਂ ਰਸਤੇ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ। ਪਰਿਵਾਰ ਨੂੰ ਸ਼ੰਕਾ ਇਹ ਹੈਗੀ ਆ ਕਿ CIA ਸਟਾਫ ਦੇ ਵਿੱਚ ਹੈਗਾ ਸੀਗਾ ਪਰਮਿੰਦਰ ਸਿੰਘ, ਤਾਂ ਕਦੇ ਰੇਡ ਕੀਤੀ ਸੀਗੀ ਉਹਨਾਂ ਨੇ ਉਸ ਪਿੰਡ ਦੇ ਵਿੱਚ, ਉਹਨਾਂ ਲੋਕਾਂ ਦੇ ਉੱਪਰ ਨਸ਼ਾ ਤਸਕਰਾਂ ਦਾ ਦੱਸਿਆ ਜਾਂਦਾ ਕਿ ਉਹ ਪਿੰਡ ਦੇ ਵਿੱਚ ਕਾਫੀ ਰਹਿੰਦੇ ਸੀਗੇ, ਤਾਂ ਉਹਨਾਂ ਦੇ ਵੱਲੋਂ ਜਿਹੜਾ ਉਹ ਬਦਲਾਖੋਰੀ ਦੀ ਨੀਤੀ ਦੇ ਨਾਲ ਜਿਹੜੀ ਹੈ ਉਹ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ, ਕੋਮਾ ਦੇ ਵਿੱਚ ਚਲੇ ਜਾਂਦੇ ਨੇ, ਸਿਰ ਦੇ ਵਿੱਚ ਕਾਫੀ ਸੱਟਾਂ ਜਿਹੜੀਆਂ ਨੇ ਉਹ ਲੱਗਦੀਆਂ ਨੇ, ਜਿਸ ਤੋਂ ਬਾਅਦ ਘਰ ਲਿਆਂਦਾ ਜਾਂਦਾ, ਪਰ ਜ਼ਖਮਾਂ ਦੀ ਤਾਬ ਨਾ ਚੱਲਦੇ ਹੋਏ ਪਰਮਿੰਦਰ ਸਿੰਘ ਹੋਣਾ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ। ਸੋ ਲੋੜ ਹੈ ਪੁਲਿਸ ਨੂੰ ਉਹਨਾਂ ਵਿਅਕਤੀਆਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਕੋਈ ਅੱਗੇ ਤੋਂ ਕਿਸੇ ਜਵਾਨ ਦੇ ਉੱਪਰ ਇਸ ਤਰੀਕੇ ਦੇ ਨਾਲ ਹਮਲਾ ਨਾ ਕੀਤਾ ਜਾਵੇ। ਕੈਮਰਾਮੈਨ ਰਿੰਕੂ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਜਗਬਣੀ TV ਕਪੂਰਥਲਾ।